ਪਰਮ ਸਤਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀ ਤਾਂਸੀ ਸਤਗੁਰ ਜਗਜੀਤ ਸਿੰਘ ਜੀ ਤਾਂਸੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਸਤਗੁਰ ਜਗਜੀਤ ਸਿੰਘ ਜੀ ਦੀ ਕਿਰਪਾ ਦੀ ਇੱਕ ਸਾਖੀ ਹੈ ਬੀਬੀ ਹਰਦੀਪ ਕੌਰ ਜੀ ਸੁਪਤਨੀ ਸੰ ਅਮਰਿੰਦਰ ਸਿੰਘ ਜੀ ਦੱਸਦੇ ਹਨ ਕੀ ਸਨ 2012 ਦੀ ਵਾਰਤਾ ਹੈ ਉਹਨਾਂ ਨੂੰ 4 ਦਿਨ ਤੋਂ ਰੋਜ਼ ਰਾਤ ਨੂੰ ਇੱਕ ਬੀਬੀ ਸੁਪਨੇ ਵਿੱਚ ਕਹਿੰਦੀ ਸੀ ਕਿ 4 ਦਿਨਾਂ ਨੂੰ ਤੇਰੇ ਪੁੱਤਰ ਨੇ ਮਰ ਜਾਣਾ ਹੈ ਤੂੰ ਉਹਦਾ ਜਨਮ ਦਿਨ ਨਹੀਂ ਮਨਾ ਸਕੇਂਗੀ ਉਹਨੇ ਇੱਕ ਹੱਥ ਵਿੱਚ ਕੇਲਿਆਂ ਵਾਲਾ ਲਿਫਾਫਾ ਅਤੇ ਦੂਜੇ ਹੱਥ ਵਿੱਚ ਪਪੀਤੀਆਂ ਵਾਲਾ ਲਿਫਾਫਾ ਫੜਿਆ ਹੁੰਦਾ ਸੀ ਉਹ ਕਹਿੰਦੀ ਹੁੰਦੀ ਸੀ ਕਿ ਤੇਰਾ ਪੁੱਤਰ ਮਰੇਗਾ ਤੇ ਮੈਂ ਪ੍ਰਸ਼ਾਦ ਵੰਡਾਂਗੀ ਉਹਨਾਂ ਦਾ 12 ਸਾਲ ਦਾ ਬੇਟਾ ਆਸਾਸਿੰਘ ਬੜਾ ਹੀ ਪਿਆਰਾ ਬੱਚਾ ਸੀ ਉਹਨਾਂ ਨੇ ਵਿਰਾਗਮਈ ਅਵਸਥਾ ਵਿੱਚ ਸਤਗੁਰ ਜਗਜੀਤ ਸਿੰਘ ਜੀ ਦੇ ਚਰਣਾ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਮੈਂ ਤੇ ਕਿਸੇ ਨੂੰ ਨਹੀਂ ਜਾਣਦੀ ਮੈਨੂੰ ਸਿਰਫ ਆਪ ਜੀ ਦੇ ਚਰਣਾ ਦਾ ਹੀ ਆਸਰਾ ਹੈ ਕਿਰਪਾ ਕਰੋ ਬੱਚੇ ਨੂੰ ਕੁਝ ਵੀ ਨਾ ਹੋਵੇ ਉਹਨਾਂ ਦੀ ਨਾਲ ਵਿੱਚ ਪ੍ਰਯੋਗ ਚੱਲ ਰਹੇ ਸੀ ਇਹ ਘਟਨਾ 9 ਸਤੰਬਰ ਦੀ ਹੈ ਬੱਚਾ ਰਾਤ ਨੂੰ ਇੱਕ ਘੰਟਾ ਸਿਮਰਨ ਕਰਕੇ ਆਪਣੇ ਪਿਤਾ ਜੀ ਨਾਲ ਸੌਂ ਗਿਆ। ਉਹ ਸuire ਰੋਂਦਾ ਰੋਂਦਾ ਮਾਂ ਦੇ ਗਲੇ ਨਾਲ ਲੱ ਲਾ। ਮਾਂ ਦੇ ਗਲੇ ਨਾਲ ਆ ਲੱਗਿਆ। ਮਾਂ ਨੇ ਪੁੱਛਿਆ ਬੇਟਾ ਕੀ ਹੋਇਆ? ਉਹ ਕਹਿ ਲੱਗਾ ਕਿ ਮੈਨੂੰ ਸੱਪ ਲੜ ਗਿਆ ਹੈ। ਬੀਬੀ ਜੀ ਦਾ ਮਨ ਪਹਿਲਾਂ ਹੀ ਡੋਲਿਆ ਹੋਇਆ ਸੀ। ਬੱਚੇ ਦੀ ਗੱਲ ਸੁਣ ਕੇ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਹੀ ਨਿਗਲ ਗਈ। ਉਹਨਾਂ ਨੇ ਬੱਚੇ ਨੂੰ ਪੁੱਛਿਆ ਕਿ ਬੇਟਾ ਸੱਪ ਕਿੱਥੇ ਹੈ? ਉਹ ਕਹਿਣ ਲੱਗਾ ਕਿ ਜਦੋਂ ਮੈਂ ਸਿਮਰਨ ਕਰਨ ਤੋਂ ਬਾਅਦ ਸੌਂ ਗਿਆ ਸਾਂ ਤਾਂ ਕੁਝ ਸਮੇਂ ਬਾਅਦ ਇੱਕ ਸਾਪ ਮੈਨੂੰ ਡਾਂਗ ਮਾਰ ਗਿਆ ਉਸ ਵਕਤ ਸਰਬ ਉਪਮਾ ਯੋਗ ਸਰਬ ਕਲਾ ਸਮਰਾਟ ਸਾਗੂ ਜਗਜੀਤ ਸਿੰਘ ਜੀ ਭੱਜੇ ਭੱਜੇ ਆਏ ਅਤੇ ਸਾਡੀ ਰਸੋਈ ਵਿੱਚੋਂ ਇੱਕ ਗਲਾਸ ਲਿਆ ਕੇ ਮੇਰੀ ਡਾਂਗ ਵਾਲੀ ਥਾਂ 'ਤੇ ਲਗਾ ਕੇ ਸਾਰਾ ਜ਼ਹਿਰ ਘੜ ਦਿੱਤਾ ਉਹਨਾਂ ਨੇ ਵਚਨ ਕੀਤਾ ਕਿ ਤੂੰ ਵੀ ਮੇਰਾ ਸਿੱਖੇ ਤੇ ਸੱਪ ਵੀ ਮੇਰਾ ਸੀ ਕਿ ਮੈਂ ਤੈਨੂੰ ਬਚਾ ਲਿਆ ਹੈ ਹੁਣ ਤੈਨੂੰ ਕੁਝ ਨਹੀਂ ਹੁੰਦਾ ਇਹ ਸੁਣ ਕੇ ਬੀਬੀ ਜੀ ਨੇ ਮੂੰਹੋ ਬੀਬੀ ਜੀ ਦੇ ਮੂੰਹੋਂ ਤਾਂ 사ਗੂ ਜਗਜੀਤ ਸਿੰਘ ਜੀ ਨਿਕਲਿਆ ਉਹਨਾਂ ਦੇ ਪੁੱਛਣ ਤੇ ਬੱਚੇ ਨੇ ਜਦੋਂ ਸੱਪ ਦੇ ਡਾਂਗ ਵਾਲੀ ਥਾਂ ਵਿਖਾਈ ਤਾਂ ਉਸ ਬਾਤ ਹੀ ਸੱਪ ਦੇ ਡਾਂਗ ਦਾ ਨਿਸ਼ਾਨ ਸੀ ਉਸ ਨੂੰ ਵੇਖ ਕੇ ਉਹ ਵੈਰਾਗੀ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਐਤਵਾਰ ਵਾਲੇ ਦਿਨ ਨਾਮ ਧਾਰੀ ਧਰਮਸ਼ਾਲਾ ਵਿੱਚ ਸਾਸ ਸੰਗਤ ਨੂੰ ਵੀ ਉਸ ਸੱਪ ਦੇ ਡਾਂਗ ਵਾਲੇ ਨਿਸ਼ਾਨ ਵਖਾਏ। ਵੇਖ ਕੇ ਸਾਰੇ ਰੀਮੂ ਤਾਂ ਸਾਗੁਰ ਜਗਜੀਤ ਸਿੰਘ ਜੀ ਨਿਕਲਿਆ। ਇਹ ਨਿਸ਼ਾਨ ਇੱਕ ਹਫਤਾ ਤੱਕ ਬਾਹ ਤੇ ਰਹਿ। ਬੱਚੇ ਨੇ ਕੋਈ ਦਵਾਈ ਨਹੀਂ ਖਾਧੀ। ਗੁਰਬਾਣੀ ਦੱਸਦੀ ਹੈ ਜਿਸ ਜਿਸ ਕਾ ਸਾਸ ਨ ਕਾਢੇ ਤੇ ਆਪ ਤਾਕੋ ਰਾਕ ਦੇ ਕਰਾ। मानस जतन करत पात तिसके करतब बिरथे जात मारे न राखे अवर न कोई सरब जिया का राखा सोय सारे जिया दे राखे पूरन पार ब्रह्म सुखा ने दाते दीन दुखिया ने सहारे सच्चे पाशा श्री सागर जगजीत सिंह जी दे पवित्र चरण कमला कोटी कोटी ਨਮਸਕਾਰ ਹੈ ਸਾਰੇ ਆਖ ਲਈਏ ਤਾਨ ਤਾਨ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ